ਅਸੀਂ ਅੱਜ ਫੋਰਡ ਐਸਪਾਇਰ ਦਾ ਨਵਾਂ ਮਾਡਲ ਲਾਂਚ ਕਰ ਰਹੇ ਹਾਂ। ਇਹ ਜਿਹੜਾ ਮਾਡਲ ਲਾਂਚ ਹੋਇਆ, ਇਹ ਫੋਰਡ ਐਸਪਾਇਰ ਦਾ ਨਿਊ ਵਰਜ਼ਨ ਲਾਂਚ ਹੋਇਆ। ਇਹਦੇ ਵਿੱਚ ਅਸੀਂ ਤਿੰਨ ਚੀਜ਼ਾਂ ਮੇਨ ਕੀਤੀਆਂ, ਜਿਹੜੀ ਇਹਦੇ ਵਿੱਚ ਸਟਾਈਲਿੰਗ ਚੇਂਜ ਕੀਤੀ ਹੈ। ਇਹਦੇ ਵਿੱਚ ਅਸੀਂ ਪਾਵਰ ਜਿਹੜਾ ਇੰਜਨ ਹੈ ਪੈਟਰੋਲ ਦਾ, ਉਹ ਨਵਾਂ ਲਾਂਚ ਕੀਤਾ ਹੈ। ਅਤੇ ਚੌਥੀ ਚੀਜ਼ ਜਿਹੜੀ ਹੈ, ਕੰਫਰਟ ਵਾਸਤੇ ਅਸੀਂ ਕੋਸਟ ਆਫ ਓਨਰਸ਼ਿਪ ਵਾਸਤੇ ਕਾਫੀ ਅੱਛੀ ਕਸਟਮਰ ਵਾਸਤੇ ਵੈਲਿਊ ਫੋਰ ਮਨੀ ਲੈ ਕੇ ਆਏ ਹਾਂ। ਪਹਿਲਾਂ ਮੈਂ ਗੱਲ ਕਰਦਾ ਸਟਾਈਲਿੰਗ ਵਾਸਤੇ। ਅਗਰ ਇਹਦੀ ਸ਼ੇਪ ਅਗਰ ਤੁਸੀਂ ਦੇਖੋਗੇ ਤਾਂ ਫਰੰਟ ਵਿੱਚ ਇਹਦੇ ਵਿੱਚ ਗ੍ਰਿਲ ਵਗੈਰਾ ਚੇਂਜ। ਪੈਟਰੋਲ ਜਿਹੜਾ ਨਵਾਂ ਇੰਜਨ ਅਸੀਂ ਲਾਂਚ ਕੀਤਾ, ਉਹ ਡਰੈਗਨ ਇੰਜਨ ਅਸੀਂ ਉਹਨੂੰ ਕਹਿੰਦੇ ਹਾਂ। ਅਤੇ ਕਰੀਬ 3 ਸਿਲੰਡਰ ਦਾ ਇੰਜਨ ਹੈ, 1200 ਸੀਸੀ ਦਾ। ਐਵਰੇਜ ਉਹਦੀ 20.4 ਕਿਲੋਮੀਟਰ ਪਰ ਲੀਟਰ ਹੈ ਪੈਟਰੋਲ ਵਿੱਚ। ਇਹਦੇ ਵਿੱਚ ਕੁਛ ਨਹੀਂ, ਸਾਨੂੰ ਫੀਡਬੈਕ ਕਸਟਮਰ ਦਿੰਦਾ ਰਹਿੰਦਾ ਕਿ ਉਹਨੂੰ ਲੌਂਗ ਰਾਈਡ ਵਾਸਤੇ ਗੱਡੀ ਚਾਹੀਦੀ ਹੈ, ਕੰਪੈਕਟ ਸੈਡਾਨ। ਅਤੇ ਅਸੀਂ ਇਹਦੀ ਸੀਟਾਂ ਵੀ ਚੇਂਜ ਕੀਤੀਆਂ ਅੰਦਰ, ਜਿਹੜਾ ਕਰੀਬ ਅਸੀਂ ਬੇਜ ਇੰਟੀਰੀਅਰ ਦਿੱਤਾ। ਅਤੇ ਇਹਦੇ ਵਿੱਚ ਕਰੀਬ 20 ਜਿਹੜੇ ਹੈਗੇ ਸਟੋਰੇਜ ਕੰਪਾਰਟਮੈਂਟ ਹੈ। ਟੈਕਨੋਲੋਜੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ Sync 3 ਸਿਸਟਮ ਹੈ ਫੋਰਡ ਦਾ। ਅਤੇ ਉਹਦੇ ਨਾਲ ਅਗਰ ਤੁਸੀਂ ਦੇਖੀਏ ਤਾਂ ਆਪਣਾ ਫੋਨ ਤੁਸੀਂ ਸੀਮਲੈਸਲੀ ਕਨੈਕਟ ਕਰ ਸਕਦੇ ਹੋ, ਚਾਹੇ ਐਂਡਰੋਇਡ ਹੋਏ ਜਾਂ ਐਪਲ ਦਾ ਫੋਨ ਹੋਏ। ਉਹਨੂੰ ਤੁਸੀਂ ਆਪਣੇ ਮਿਊਜ਼ਿਕ ਪਲੇ ਕਰਨ ਵਾਸਤੇ ਯੂਜ਼ ਕਰ ਸਕਦੇ ਹੋ ਜਾਂ ਫਿਰ ਆਪਣਾ ਨੈਵੀਗੇਸ਼ਨ ਵਾਸਤੇ ਯੂਜ਼ ਕਰ ਸਕਦੇ ਹੋ। ਕੈਮਰਾਮੈਨ ਨੰਨਾ ਫਿਲੋਰ ਨਾਲ ਨੀਰ ਦੀ ਰਿਪੋਰਟ, ਬ੍ਰੇਕਿੰਗ ਨਿਊਜ਼, ਪੰਜਾਬ।